ਦੋਸਤੋ, ਇੱਕ ਇਨਸਾਨ ਦੀ ਜ਼ਿੰਦਗੀ ਤਿੰਨ ਚੀਜ਼ਾਂ ਦੇ ਜ਼ਰੀਏ ਚੱਲਦੀ ਹੈ। ਪਹਿਲੀ ਹੈ ਵਿਸ਼ਵਾਸ, ਦੂਸਰੀ ਹੈ ਭਰੋਸਾ ਅਤੇ ਤੀਸਰੀ ਹੈ ਉਮੀਦ। ਆਓ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਹਨਾਂ ਤਿੰਨੇ ਗੱਲਾਂ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰੀਏ। ਪਹਿਲਾ ਹੈ ਵਿਸ਼ਵਾਸ। ਇੱਕ ਵਾਰ ਸਾਰੇ ਪਿੰਡ ਵਾਸੀਆਂ ਨੇ ਮੀਂਹ ਲਈ ਅਰਦਾਸ ਕਰਨ ਦਾ ਫੈਸਲਾ ਕੀਤਾ। ਅਰਦਾਸ ਸਮੇਂ ਸਾਰੇ ਇਕੱਠੇ ਹੋਏ, ਪਰ ਸਿਰਫ ਇੱਕ ਬੱਚਾ ਹੀ ਨਾਲ ਛਤਰੀ ਲੈ ਕੇ ਆਇਆ। ਤਾਂ ਦੇਖੋ ਇਸ ਬੱਚੇ ਨੇ ਵਿਸ਼ਵਾਸ ਦੀ ਕਿੱਡੀ ਵੱਡੀ ਉਦਾਹਰਨ ਪੇਸ਼ ਕੀਤੀ ਹੈ। ਦੂਸਰਾ ਹੈ ਭਰੋਸਾ। ਜਦੋਂ ਤੁਸੀਂ ਹਵਾ ਵਿੱਚ ਇੱਕ ਸਾਲ ਦੇ ਬੱਚੇ ਨੂੰ ਉਸਾਲਦੇ ਹੋ ਤਾਂ ਉਹ ਹੱਸਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਨੂੰ ਫੜ ਲਵੋਗੇ। ਇਹ ਹੈ ਭਰੋਸਾ। ਅਤੇ ਤੀਸਰਾ ਹੈ ਉਮੀਦ। ਹਰ ਰਾਤ ਸੌਣ ਸਮੇਂ ਸਾਨੂੰ ਸਵੇਰ ਤੱਕ ਜਿਉਂਦੇ ਰਹਿਣ ਦਾ ਕੋਈ ਭਰੋਸਾ ਨਹੀਂ ਹੁੰਦਾ, ਪਰ ਫਿਰ ਵੀ ਅਸੀਂ ਸਵੇਰ ਲਈ ਅਲਾਰਮ ਲਾ ਕੇ ਰੱਖਦੇ ਹਾਂ। ਤਾਂ ਇਹ ਹੈ ਉਮੀਦ। ਤਾਂ ਇਸ ਵੀਡੀਓ ਤੋਂ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਜੇਕਰ ਵਿਸ਼ਵਾਸ, ਭਰੋਸਾ ਅਤੇ ਉਮੀਦ ਹੋਵੇ ਤਾਂ ਜ਼ਿੰਦਗੀ ਚੰਗੀ ਬਤੀਤ ਕੀਤੀ ਜਾ ਸਕਦੀ ਹੈ। ਤਾਂ ਦੋਸਤੋ, ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ। ਰੱਬ ਰਾਖਾ।